ਕਿੰਨੀ ਪੁਰਾਣੀ ਦੁਕਾਨ ਹੈ ਸਰ ਇਹ ਮੈਡਮ ਜੀ 1943 ਦੀ ਐਸਟੈਬਲਿਸ਼ਿੰਗ ਹੋਈ ਹੈ ਮੇਰੇ ਦਾਦਾ ਜੀ ਨੇ ਕੀਤੀ ਸੀ ਕੀ ਮਿਲਦਾ ਤੁਹਾਡੇ ਕੋਲ ਜਿਵੇਂ ਆਪਾਂ ਦੇਖਿਆ ਵੀ ਦੁੱਧ ਸੋਡੇ ਦਾ ਤੁਹਾਡਾ ਬਹੁਤ ਫੇਮਸ ਹੈ ਲੁਧਿਆਣੇ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਸਾਡੇ ਕੋਲ ਹੁੰਦਾ ਮਰੱਬਾ ਹੁੰਦਾ ਤੇ ਪਿਕਲ ਹੁੰਦੇ ਨੇ ਆ ਪਿਕਲ 'ਚ ਆ ਗਿਆ ਆਪਣਾ ਮੈਂਗੋ ਚਟਨੀ ਆ ਗਈਆਂ ਨੇ ਸਕੁਐਸ਼ ਆ ਗਿਆ ਟੋਮੈਟੋ ਕੈਚਅਪ ਆ ਗਿਆ ਆਮਲਾ ਕੈਂਡੀ ਸਾਰੀ ਚੀਜ਼ਾਂ ਬਣਦੀਆਂ ਮਾਰਕੀਟ 'ਚ ਨਾ ਮਿਲਾਵਟ ਵਾਲੀ ਚੀਜ਼ਾਂ ਬਹੁਤ ਮਿਲਦੀਆਂ ਨੇ ਮਤਲਬ ਬ੍ਰਾਂਡਸ ਆਪਾਂ ਨਾਮ ਨਹੀਂ ਲਵਾਂਗੇ ਪਰ ਬ੍ਰਾਂਡਸ ਵਾਲੀਆਂ ਕਾਫੀ ਮਿਲਾਵਟ ਵਾਲੀ ਚੀਜ਼ਾਂ ਹੁੰਦੀਆਂ ਤੁਹਾਡੇ ਕੋਲ ਇਹੋ ਜੀ ਕੀ ਅਸ਼ੋਰਿਟੀ ਵੀ ਤੁਹਾਡੀ ਜਿਹੜੇ ਵੀ ਪ੍ਰੋਡਕਟ ਨੇ ਉਹ ਬਿਲਕੁਲ ਓਰੀਜਨਲ ਸਾਡੇ ਓਰੀਜਨਲੀ ਪੈਂਦੇ ਕਿਉਂ ਆਪਾਂ ਲੋਕੀ ਅਸੈਂਸ ਯੂਜ਼ ਕਰਦੇ ਨੇ ਤੇ ਆਪਾਂ ਅਸੈਂਸ ਯੂਜ਼ ਨਹੀਂ ਕਰਦੇ ਨਾ ਚ ਕਿਉਂਕਿ ਸਾਡੀ ਔਰਗੈਨਿਕ ਜਿਹੜੀ ਬ੍ਰਹਮੀ ਬੂਟੀ ਹੁੰਦੀ ਜਿਹਦੇ ਚ ਆਪਾਂ ਬ੍ਰਹਮੀ ਤਿਆਰ ਕਰਦੇ ਉਹ ਔਰਗੈਨਿਕ ਉਹੀ ਪੈਂਦੀ ਬ੍ਰਹਮੀ ਬੂਟੀ ਪੈਂਦੀ ਹੈ ਜੇ ਰੋਜ਼ ਹੈ ਤੇ ਰੋਜ਼ ਚ ਆਪਾਂ ਰੋਜ਼ ਪੈਟਲ ਪਾਉਂਦੇ ਆਪਾਂ ਅਸੈਂਸ ਨਹੀਂ ਪੈਂਦਾ ਜਿੰਨੇ ਵੀ ਸਾਡੇ ਫਲੇਵਰ ਲੱਗੇ ਹੋਏ ਨੇ ਇਹਨਾਂ ਵਿੱਚ ਆਪਾਂ ਔਰਗੈਨਿਕ ਚੀਜ਼ਾਂ ਪਾਉਣੇ ਜਿੱਦਾਂ ਬਦਾਮ ਆਲਮੰਡ ਦਾ ਤਾਂ ਆਲਮੰਡ ਹੀ ਪਊਗਾ ਕੇਸਰ ਪਿਸਤਾ ਠੰਡਿਆਈ ਮੈਂਗੋ ਇਹ ਸਾਰੇ ਔਰਗੈਨਿਕ ਹੀ ਬਣਦੇ ਨੇ ਗਰਮੀਆਂ ਦੇ ਵਿੱਚ ਜ਼ਿਆਦਾ ਲੋਕ ਕਿਹੜੀ ਚੀਜ਼ ਪਸੰਦ ਕਰਦੇ ਤੁਹਾਡੇ ਕੋਲ ਕਸਟਮਰ ਆਉਂਦੇ ਹੋਣਗੇ ਰੂਟੀਨ ਵਾਈਜ਼ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਸਾਡੇ ਜ਼ਿਆਦਾਤਰ ਗਰਮੀਆਂ ਦੇ ਵਿੱਚ ਚੱਲਦੇ ਤਾਂ ਸਾਰੇ ਹੀ ਹੈ ਜਿਹੜੇ ਆਪਾਂ ਰੱਖੇ ਹੋਏ ਮੋਸਟਲੀ ਜ਼ਿਆਦਾਤਰ ਡਰਿੰਕਸ ਹੋ ਗਈਆਂ ਜਿਹੜਾ ਬ੍ਰਹਮੀ ਮਿਲਕ ਬ੍ਰਹਮੀ ਹੋ ਗਿਆ ਠੀਕ ਹੈ ਜੀ ਵਾਟਰ ਬੇਸਡ ਹੋ ਗਿਆ ਨੇ ਵਾਟਰ ਬੇਸਡ ਡਰਿੰਕਸ ਹੋ ਗਈਆਂ ਜਿਹੜੀ ਸ਼ਰਬਤ ਤੋਂ ਬਣੀ ਹੁੰਦੀਆਂ ਨੇ ਤੇ ਮਿਲਕ ਬੇਸਡ ਡਰਿੰਕਸ ਹੋ ਗਈਆਂ ਇਹ ਚੀਜ਼ ਨੇ ਮੈਂਗੋ ਬੇਸਡ ਸ਼ਰਬਤ ਹੈ ਤੇ ਮਿਲਕ ਬੇਸਡ ਤੇ ਆ ਰੋਜ਼ ਹੈ ਮਿਲਕ ਬੇਸਡ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਧਿਆਨ ਟਾਈਮਸ ਤੇ ਮੈਂ ਹਾਂ ਪ੍ਰਬਲੀਨ ਕੌਰ ਅਕਸਰ ਅਸੀਂ ਵੀਡੀਓਜ਼ ਦੇ ਵਿੱਚ ਆਪਣੀ ਤੁਹਾਨੂੰ ਇਹੋ ਜਿਹੀ ਚੀਜ਼ਾਂ ਦਿਖਾਈਆਂ ਜਿਹੜੀਆਂ ਕਿ ਬਹੁਤ ਫੇਮਸ ਹੁੰਦੀਆਂ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਗਰਮੀਆਂ ਦਾ ਮੌਸਮ ਚੱਲਦਾ ਤੇ ਗਰਮੀਆਂ ਦੇ ਵਿੱਚ ਲੋਕ ਜਿਹੜੇ ਨੇ ਠੰਡਕ ਵਾਲੀ ਚੀਜ਼ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਜੇ ਗੱਲ ਕੀਤੀ ਜਾਵੇ ਚੁਸਕੀ ਦੀ ਜਾਂ ਫਿਰ ਦੁੱਧ ਸੋਡੇ ਦੀ ਤਾਂ ਲੋਕ ਜਿਹੜੇ ਨੇ ਇਹ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਨੇ ਤੇ ਹੁਣ ਇਸ ਟਾਈਮ ਅਸੀਂ ਮੌਜੂਦ ਆਂ ਕੈਲਾਸ਼ ਚੌਂਕ ਦੇ ਵਿੱਚ ਜਿੱਥੇ ਕਿ ਬ੍ਰਹਮੀ ਦੀ ਦੁਕਾਨ ਹੈ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆਂ ਵੀ ਕਿੰਨੀ ਪੁਰਾਣੀ ਦੁਕਾਨ ਹੈ ਕਾਫੀ ਮਸ਼ਹੂਰ ਦੁਕਾਨ ਹੈ ਇੱਥੇ ਦੀ ਤੇ ਇਹਨਾਂ ਕੋਲ ਕੀ ਕੀ ਮਿਲਦਾ ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆਂ ਸਤਿ ਸ਼੍ਰੀ ਅਕਾਲ ਆਂਟੀ ਕਿੰਨੀ ਪੁਰਾਣੀ ਦੁਕਾਨ ਹੈ ਸਰ ਮੈਡਮ ਜੀ 1943 ਦੀ ਐਸਟੈਬਲਿਸ਼ਿੰਗ ਹੋਈ ਹੈ ਮੇਰੇ ਦਾਦਾ ਜੀ ਨੇ ਕੀਤੀ ਸੀਗੀ ਐਸਟੈਬਲਿਸ਼ਿੰਗ 1943 ਜਿਵੇਂ ਆਪਾਂ ਜਿਵੇਂ ਤੁਸੀਂ ਦੱਸਿਆ ਆਜ਼ਾਦੀ ਤੋਂ ਪਹਿਲਾਂ ਦੀ ਹਾਂਜੀ ਹਾਂਜੀ ਆਜ਼ਾਦੀ ਤੋਂ ਪਹਿਲਾਂ 1943 ਦੀ ਹੈ ਕੀ ਮਿਲਦਾ ਤੁਹਾਡੇ ਕੋਲ ਜਿਵੇਂ ਆਪਾਂ ਦੇਖਿਆ ਵੀ ਦੁੱਧ ਸੋਡੇ ਦਾ ਤੁਹਾਡਾ ਬਹੁਤ ਫੇਮਸ ਹੈ ਲੁਧਿਆਣੇ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਹੁੰਦੀਆਂ ਸਾਡੇ ਕੋਲ ਹੁੰਦਾ ਮਰੱਬਾ ਹੁੰਦਾ ਤੇ ਪਿਕਲ ਹੁੰਦੇ ਨੇ ਤੇ ਆਪਣਾ ਹੋ ਗਿਆ ਆਪਣਾ ਪਿਕਲ 'ਚ ਆ ਗਿਆ ਆਪਣਾ ਮੈਂਗੋ ਚਟਨੀ ਆ ਗਈਆਂ ਨੇ ਸਕੁਐਸ਼ ਆ ਗਿਆ ਟੋਮੈਟੋ ਕੈਚਅਪ ਆ ਗਿਆ ਆਮਲਾ ਕੈਂਡੀ ਸਾਰੀ ਚੀਜ਼ਾਂ ਬਣਦੀਆਂ ਇੱਕ ਨਾ ਆਪਾਂ ਦੇਖਿਆ ਵੀ ਮਾਰਕੀਟ 'ਚ ਨਾ ਮਿਲਾਵਟ ਵਾਲੀ ਚੀਜ਼ਾਂ ਬਹੁਤ ਮਿਲਦੀਆਂ ਨੇ ਮਤਲਬ ਬ੍ਰਾਂਡਸ ਆਪਾਂ ਨਾਮ ਨਹੀਂ ਲਵਾਂਗੇ ਪਰ ਬ੍ਰਾਂਡਸ ਵਾਲੀਆਂ ਕਾਫੀ ਮਿਲਾਵਟ ਵਾਲੀ ਚੀਜ਼ਾਂ ਹੁੰਦੀਆਂ ਤੁਹਾਡੇ ਕੋਲ ਇਹੋ ਜੀ ਕੀ ਅਸ਼ੋਰਿਟੀ ਵੀ ਤੁਹਾਡੀ ਜਿਹੜੇ ਵੀ ਪ੍ਰੋਡਕਟ ਨੇ ਉਹ ਬਿਲਕੁਲ ਓਰੀਜਨਲ ਸਾਡੇ ਓਰੀਜਨਲੀ ਪੈਂਦੇ ਕਿਉਂ ਆਪਾਂ ਲੋਕੀ ਅਸੈਂਸ ਯੂਜ਼ ਕਰਦੇ ਨੇ ਤੇ ਆਪਾਂ ਅਸੈਂਸ ਯੂਜ਼ ਨਹੀਂ ਕਰਦੇ ਨਾ ਚ ਕਿਉਂਕਿ ਸਾਡੀ ਔਰਗੈਨਿਕ ਜਿਹੜੀ ਬ੍ਰਹਮੀ ਬੂਟੀ ਹੁੰਦੀ ਜਿਹਦੇ 'ਚ ਆਪਾਂ ਬ੍ਰਹਮੀ ਤਿਆਰ ਕਰਦੇ ਉਹ ਔਰਗੈਨਿਕ ਉਹੀ ਪੈਂਦੀ ਬ੍ਰਹਮੀ ਬੂਟੀ ਪੈਂਦੀ ਹੈ ਜੇ ਰੋਜ਼ ਹੈ ਤੇ ਰੋਜ਼ 'ਚ ਆਪਾਂ ਰੋਜ਼ ਪੈਟਲ ਪਾਉਂਦੇ ਆਪਾਂ ਅਸੈਂਸ ਨਹੀਂ ਪੈਂਦਾ ਜਿੰਨੇ ਵੀ ਸਾਡੇ ਫਲੇਵਰ ਲੱਗੇ ਹੋਏ ਨੇ ਇਹਨਾਂ ਵਿੱਚ ਆਪਾਂ ਔਰਗੈਨਿਕ ਚੀਜ਼ਾਂ ਪਾਉਣੇ ਜਿੱਦਾਂ ਬਦਾਮ ਆਲਮੰਡ ਦਾ ਤਾਂ ਆਲਮੰਡ ਹੀ ਪਊਗਾ ਜੇ ਕੇਸਰ ਪਿਸਤਾ ਠੰਡਿਆਈ ਮੈਂਗੋ ਇਹ ਸਾਰੇ ਔਰਗੈਨਿਕ ਹੀ ਬਣਦੇ ਨੇ ਹਾਂਜੀ ਗਰਮੀਆਂ ਦੇ ਵਿੱਚ ਜ਼ਿਆਦਾ ਲੋਕ ਕਿਹੜੀ ਚੀਜ਼ ਪਸੰਦ ਕਰਦੇ ਤੁਹਾਡੇ ਕੋਲ ਕਸਟਮਰ ਆਉਂਦੇ ਹੋਣਗੇ ਰੂਟੀਨ ਵਾਈਜ਼ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਸਾਡੇ ਜ਼ਿਆਦਾਤਰ ਗਰਮੀਆਂ ਦੇ ਵਿੱਚ ਚੱਲਦੇ ਤਾਂ ਸਾਰੇ ਹੀ ਹੈ ਜਿਹੜੇ ਆਪਾਂ ਰੱਖੇ ਹੋਏ ਮੋਸਟਲੀ ਜ਼ਿਆਦਾਤਰ ਡਰਿੰਕਸ ਹੋ ਗਈਆਂ ਜਿੱਦਾਂ ਬ੍ਰਹਮੀ ਮਿਲਕ ਬ੍ਰਹਮੀ ਹੋ ਗਿਆ ਠੀਕ ਹੈ ਜੀ ਵਾਟਰ ਬੇਸਡ ਹੋ ਗਿਆ ਨੇ ਵਾਟਰ ਬੇਸਡ ਡਰਿੰਕਸ ਹੋ ਗਈਆਂ ਜਿਹੜੀ ਸ਼ਰਬਤ ਤੋਂ ਬਣੀ ਹੁੰਦੀਆਂ ਨੇ ਅਤੇ ਮਿਲਕ ਬੇਸਡ ਡਰਿੰਕਸ ਹੋ ਗਈਆਂ ਇਹ ਚੀਜ਼ ਨੇ ਅਤੇ ਪਿਕਲਸ ਹੋ ਗਿਆ ਮੁਰੱਬਾ ਹੋ ਗਿਆ ਠੀਕ ਹੈ ਨਾ ਇਹ ਚੀਜ਼ ਫੇਮਸ ਹੁੰਦੀਆਂ ਨੇ ਸਾਡੇ ਪੂਰੇ 12 ਸਾਲ ਮਤਲਬ ਕਿ 12 ਮਹੀਨੇ ਦਾ ਕੰਮ ਹੈ ਸਾਡਾ ਇਹ 12 ਮਹੀਨੇ ਦਾ ਕੰਮ ਹੈ ਅਤੇ ਜਿਵੇਂ ਹੁਣ ਤੁਸੀਂ ਮੁਰੱਬਿਆਂ ਦੀ ਗੱਲ ਕੀਤੀ ਮੁਰੱਬੇ ਜਿਹੜੇ ਨੇ ਉਹ ਵੀ ਤੁਹਾਡੇ ਕਾਫੀ ਵਿਕਦੇ ਹੋਣਗੇ ਜਿਵੇਂ ਕਸਟਮਰ ਮਤਲਬ ਜਿਵੇਂ ਰੂਟੀਨ ਵਾਈਜ਼ ਇਹ ਲੈਣ ਆਉਂਦੇ ਹੁਣ ਜਿਹੜੇ ਰੂਟੀਨ ਵਾਈਜ਼ ਰੂਟੀਨ ਵਾਈਜ਼ ਵੀ ਲੈਣ ਆਉਂਦੇ ਨੇ ਜੀ ਹੋਲਸੇਲਰ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਜੀ ਸਾਡੇ ਕੋਲ ਕਿਉਂਕਿ ਮੋਸਟਲੀ ਜ਼ਿਆਦਾਤਰ ਕਈ ਵਾਰੀ ਦੇਖਿਆ ਕਿ ਸਾਡੇ ਕੋਲ ਪਾਰਟੀਜ਼ ਜਿਹੜੀ ਹੈਗੀਆਂ ਨੇ ਲੱਗੀਆਂ ਹੋਈਆਂ ਜਿਹੜੀਆਂ ਉਹ ਸਾਡੇ ਕੋਲ ਡੀਲ ਕਰਦੀਆਂ ਨੇ ਅਤੇ ਆਪਾਂ ਮਤਲਬ ਕਿ ਉਹਨਾਂ ਨੂੰ ਸ਼ਿਓਰਟੀ ਪ੍ਰੋਵਾਈਡ ਕਰਦੇ ਕਿ ਸਾਡਾ ਔਰਗੈਨਿਕ ਆਪਾਂ ਕਈ ਲੋਕ ਕੀ ਕਰਦੇ ਨੇ ਕਈ ਪਿਕਲ ਬਣਾਉਣ ਬਿਫੋਰ ਪ੍ਰਿਪਰੇਸ਼ਨ ਜੇ ਪਿਕਲ ਦੀ ਕਰਦੇ ਨੇ ਕਈ ਲੋਕ ਪਹਿਲਾਂ ਵਿਨੇਗਰ 'ਚ ਆਪਾਂ ਡਿਪ ਕਰਦੇ ਨੇ ਪਰ ਆਪਾਂ ਵਿਨੇਗਰ 'ਚ ਕੋਈ ਡਿਪ ਨਹੀਂ ਕਰਦੇ ਅੱਛਾ ਜਿਹੜੀ ਵੀ ਚੀਜ਼ ਤੁਸੀਂ ਬਣਾਉਂਦੇ ਹੋ ਤੁਸੀਂ ਘਰੇ ਕੁਝ ਖੁਦ ਤਿਆਰ ਕਰਵਾਉਂਦੇ ਹੋ ਸਾਰਾ ਕੁਝ ਕਿਵੇਂ ਸਾਡਾ ਫੈਕਟਰੀ ਹੈਗੀ ਹੈ ਜਿੱਥੇ ਆਪਾਂ ਨੀਚੇ ਰਹਿੰਦੇ ਹਾਂ ਅਤੇ ਉੱਤੇ ਸਾਡੀ ਫੈਕਟਰੀ ਉਹ ਸਾਡੇ ਵਰਕਰ ਤਿਆਰ ਕਰਦੇ ਨੇ ਜਿਵੇਂ ਹੁਣ ਗਰਮੀਆਂ ਦੀ ਗੱਲ ਕੀਤੀ ਗਰਮੀਆਂ ਦਾ ਕਾਫੀ ਵਧੀਆ ਤੁਹਾਡੇ ਕੋਲ ਜਿਵੇਂ ਅਸੀਂ ਦੇਖਿਆ ਪਿੱਛੇ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ ਜਿਹੜੀ ਰੂਟੀਨ ਵਾਈਜ਼ ਅਸੀਂ ਜਾਣਨਾ ਚਾਹਾਂਗੇ ਸਾਡੇ ਦਰਸ਼ਕ ਨਾ ਮਤਲਬ ਜਿਵੇਂ ਇਹੋ ਜਿਹੀ ਚੀਜ਼ਾਂ ਕਾਫੀ ਲੁਧਿਆਣੇ ਦੀ ਫੇਮਸ ਚੀਜ਼ਾਂ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਇਸ ਟਾਈਮ ਮੌਜੂਦ ਹੈ ਇਸ ਵਕਤ ਸਾਡੇ ਕੋਲ ਵਾਟਰ ਬੇਸਡ ਡਰਿੰਕਸ ਨੇ ਇਹ ਜੀ ਮਿਲਕ ਬ੍ਰਹਮੀ ਹੈ ਮਿਲਕ ਬ੍ਰਹਮੀ ਹੈਗੀ ਨੇ ਮੈਂਗੋ ਬੇਸਡ ਸ਼ਰਬਤ ਹੈ ਅਤੇ ਮਿਲਕ ਬੇਸਡ ਅਤੇ ਆ ਰੋਜ਼ ਹੈ ਮਿਲਕ ਬੇਸਡ ਹੈ ਬਿਲਕੁਲ ਤੁਸੀਂ ਫਰੈਸ਼ ਤਿਆਰ ਕਰਦੇ ਹੋ ਰੂਟੀਨ ਵਾਈਜ਼ ਫਰੈਸ਼ ਹੁੰਦੀਆਂ ਨੇ ਸਾਡੀਆਂ ਫਰੈਸ਼
अपने ये फायदे देखे भी ब्रह्मी के काफ़ी फायदे होंगे। मैं तुम्हें पूछना चाहवागी ब्रह्मी के फायदे जोड़े ने गुण ये आते हैं कि ओरिजिनल जी चीज़ बनाई जाती है थोड़े फायदे बारे कहना। फायदा यह होंगे भी एक तो ये माइंड वास्ते ठंडी होंगी है, बाकी बॉडी वास्ते बहुत बेस्ट होंगी है जी। बाकी जो फ्लेवर ने भी सारे इदा सब जो सारे बहुत बेस्ट होंगे सारे जी शरीर वास्ते बहुत ज़्यादा वधिया होंगे। आंटी जी आप गल की है फायदा की तो उस तो बाद पूछना चाहवागे भी दो दुकाना कट्ठिया लगदिया ने कि ये पिछले की हिस्टरी है भी हूँ जिम्मे आप कह सकते भी एक दीवार जी खड़ी हुई है या फिर की ये हिस्टरी सी जिमें दस आज़ादी तो पहला की दुकान सी। देखो जी पहले मेरे सहुरे साहब सामने से उन्हें बाद दादी जी ने सामी फिर कुछ कारण वो घरे बह गए ये पापा ने असंभी जी दुकान उन्होंने डैथ के बाद बेटे हूँ असी सामने बाम बचा दोनों सामने पाया माँ बेटे करते पाए काम जी। असी बहुत तकलीफा सही हैं असी सड़क पर भी काम किया जी सानू मार्केट ने भी भजाया जी सानू भजा देंगे सके इतने गड्डी ना लाओ तुम इतने गड्डी ना लाओ साढ़े जी कोर्ट कोर्ट के अंदर भी साड़ा बहुत कुछ चलिया जी बहुत कुछ यानी कि असी बहुत तकलीफा सही हैं जी असी सड़क पर सके सड़क पर फिर असी किसी ने कहा तुम इदा कदों तक तुम काम करोगे फिर असी किसी बंदे विचकार बंदे मिला के असी कंप्रोमाइज़ किया जी बे जी हाफ हाफ दुकान की जाए उस भी एग्री नहीं सीगा जी वो बाद भी जी जी असी बहुत कहना मतलब बहुत वो बाद साड़ी दीवार पई है जी। काफ़ी मुश्किल जड़िया ने तो ये दुकान बनाने लग गई भी एक अपनी पहचान जी पुरानी पहचान पहचान वास्ते बेटे असी आप हारे नहीं कहना मतलब आप अपने अपने पैर पर स्टैंड रहे जी भी असी काम करेंगे अपना यही करना क्योंकि साड़ी बहुत पुरानी दुकान हैगी है जी बस पहचान वास्ते जी। देखो जद पहले दी आज असी इन्हू बेच देंगे जेडे बुजुर्ग गए हुए हैं तो उन्होंने बेइज्जती होनी सी जी। देखो हूँ हाँ साड़ी हूँ तीजी पीढ़ी चलती पई है जी ये तीजी पीढ़ी है जी जे जेड़ा बेटा मेरा दुकान सामदा पिया जी असी बस बहुत वधिया गल है तुसीं इहनूं बिल्कुल जारी रखे अपना जज्बा जिहड़ा इस चीज़ दे विच दिखाया है एक हिम्मत हुंदी है इस चीज़ नूं दिखाउण वास्ते काफ़ी वधिया चीज़ है तो अगे भी जिवें अगले टाइम दे विच भी तुहाडी दुकान इस तरह अगे वधदी रहे तुहाडी एज बिल्कुल जानना चाहांगे मेरे 22 ईयर्स है 22 ईयर्स है तो तुसीं जिहड़ी रिस्पोंसिबिलिटी हुण इस टाइम मम्मा दे नाल संभाली यस बहुत वधिया गल है पढ़न दी उमर आ बेटा हुण की करिए जी चीज बिजनेस किस्मत जी चीज लिखी हुई सी इन्नी पुरानी दुकान है तो अगो ने संभाली जी चीज बस बेटा बस 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 इतने कोई सारी लाइफ नहीं है जी कि दो दुकाना करके वो कहते भी ये नवे बंदे ने जी साडे ग्राहक साढ़े भज जाते हैं जी थली तो भज जाते हैं जी क्योंकि असी ये पापा के आने तो पहले असी मार्केट के अंदर असी कदम ये पापा ने आ नहीं दिता वो क्यों ये जी मार्केट है बहुत गंदी मार्केट है जी वो कहते इतने धी बेटी लैन जोगे नहीं है जी क्योंकि जब असी दो ढाई साल बाद असी बैठे असी एक नवे बंदे ही सीगे जी। एक बार आंटी एड्रेस समझा दोगे दुकान का भी की एड्रेस पैंदा इधर दियोल बिल्डिंग है ऑपोजिट पीएनबी बैंक सिल्वर लाइन नियर कैलाश चौक सिनेमा लुधियाना। बहुत बहुत तो ये तुसी देख सकते हो भी समान इन्हों का काफ़ी पुराना है आज़ादी तो पहला की जी दुकान इन्हों की बनी हुई है तो इतने काफ़ी चीज़ा जड़िया इस टाइम छोटी जी दुकान के काफ़ी छोटी मोटी चीज़ा ने जो बहुत पसंद करते हैं गर्मिया के सीजन की गल की जाए तो इतने दुध सोडा जोड़ा मिलता है वाटर बेस्ड ड्रिंक जो मिलती ने उन्होंने तुम असी दिखाई भी काफ़ी डिफरेंट फ्लेवर जे इन्हों को मौजूद ने रेट भी कुछ 20 या 40 रुपये रखा हुआ है तो जी अपनी बॉडी वास्ते बहुत वधिया रहिंदी है काफ़ी सेहत जी है जी चीज़ों के नाल बनती है कि ब्रह्मी वर्गी चीज़ ठंडक दिंदी है गर्मियों के दुकान पर तुम आके जरूर एक बार तुम विजिट करके देखियो भी कि ठंडक वाली जी चीज़ा ने काफ़ी ज़्यादा फायदेमंद होंदिया ने अपनी बॉडी वास्ते। होर बधेरी अपडेट्स लिए देखते रहो लुधियाना टाइम्स कैमरामैन दीपक कीवा दे नाल मैं प्रबलीन कौर।